ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦਾ ਹੱਕ ਸਾਰੇ ਟੀਵੀ ਅਤੇ ਰੇਡੀਓ ਚੈਨਲ ਨੂੰ ਬਿਨਾਂ ਕਿਸੇ ਪੱਖਪਾਤ ਦੇ ਦਿੱਤੇ ਜਾਣ ਦੀ ਮੰਗ ਕਰਦੇ ਇੱਕ ਮਤੇ ਦੇ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋ ਜਾਣ ਦੇ ਬਾਵਜੂਦ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਉੱਪਰ ਇੱਕ ਚੈਨਲ ਵਿਸ਼ੇਸ਼ ਦਾ ਹੀ ਇੱਕ ਅਧਿਕਾਰ ਹੈ। ਇਸ ਚੈਨਲ ਵਿਸ਼ੇਸ਼ ਕੋਲ ਹੀ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਹੱਕ ਹੈ ਅਤੇ ਕੁਝ ਫੇਸਬੁੱਕ ਪੇਜ ਉੱਪਰ ਹੁਕਮਨਾਮਾ ਪਾਉਣ ਉੱਪਰ ਵੱਡੇ ਇਤਰਾਜ਼ ਚੁੱਕਦਿਆਂ ਫੇਸਬੁੱਕ ਵੱਲੋਂ ਇਹਨਾਂ ਪੇਜਾਂ ਉੱਪਰ ਇਹ ਸਮੱਗਰੀ ਇਹ ਕਹਿੰਦਿਆਂ ਬਲੌਕ ਕਰ ਦਿੱਤੀ ਗਈ। ਇਸ ਦੀ ਆਡੀਓ ਉਕਤ ਚੈਨਲ ਦੀ ਆਡੀਓ ਨਾਲ ਮੇਲ ਖਾਂਦੀ ਹੈ, ਜਦਕਿ SGPC ਵੱਲੋਂ ਇਸ ਮਾਮਲੇ ਵਿੱਚ ਖੁਦ ਨੂੰ ਅਣਜਾਣ ਦੱਸਿਆ ਜਾ ਰਿਹਾ ਹੈ, ਜਦਕਿ ਉਕਤ ਚੈਨਲ ਦੀ ਦਲੀਲ ਹੈ ਕਿ ਉਹਨਾਂ ਦੇ ਕੋਲ ਹੀ ਗੁਰਬਾਣੀ ਦੇ ਆਡੀਓ ਅਤੇ ਵੀਡੀਓ ਦੇ ਐਕਸਕਲੂਸਿਵ ਹੱਕ ਹਨ ਅਤੇ ਦਰਬਾਰ ਸਾਹਿਬ ਤੋਂ ਕੋਈ ਵੀ ਹੋਰ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਨਹੀਂ ਕਰ ਸਕਦਾ। ਇੱਥੋਂ ਤੱਕ ਕਿ SGPC ਦੀ ਸਾਈਟ ਤੋਂ ਵੀ ਕੋਈ ਇਸ ਨੂੰ ਡਾਊਨਲੋਡ ਨਹੀਂ ਕਰ ਸਕਦਾ, ਜਦਕਿ ਫੇਸਬੁੱਕ ਵੱਲੋਂ ਉਕਤ ਪੇਜ ਉੱਪਰ ਪਾਈ ਇਸ ਆਡੀਓ ਨੂੰ ਹਟਾਉਣ ਉੱਪਰ ਫੇਸਬੁੱਕ ਪੇਜ ਵਾਲੇ ਪਰਮਜੀਤ ਸਿੰਘ ਗਾਜੀ ਨੇ ਇਸ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਹਨ। ਉਸਦਾ ਕਹਿਣਾ ਹੈ ਕਿ ਉਸਨੇ ਫੇਸਬੁੱਕ ਨੂੰ ਇਸ ਵੀਡੀਓ ਨੂੰ ਅਨਬਲੌਕ ਕਰਨ ਲਈ ਲਿਖਿਆ ਹੈ ਕਿਉਂਕਿ ਉਸਨੇ ਇਹ ਵੀਡੀਓ SGPC ਦੀ ਵੈਬਸਾਈਟ ਤੋਂ ਡਾਊਨਲੋਡ ਕੀਤੀ ਸੀ। SGPC ਤਾਂ ਹੈ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਤੇ ਉਸਦੀ ਇਹ ਕੋਸ਼ਿਸ਼ ਵੀ ਕੋਈ ਵਪਾਰਕ ਨਹੀਂ ਸੀ ਬਲਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸੀ। ਸੋ ਇੱਥੇ ਵੱਡੇ ਸਵਾਲ ਉੱਠਦੇ ਹਨ ਕਿ ਕੀ ਧਰਮ ਪ੍ਰਚਾਰ ਕਰਨਾ ਕਿਸੇ ਇੱਕ ਵਿਸ਼ੇਸ਼ ਚੈਨਲ ਦਾ ਅਧਿਕਾਰ ਹੈ? ਕੋਈ ਹੋਰ ਅਦਾਰਾ ਜਾਂ ਚੈਨਲ ਧਰਮ ਪ੍ਰਚਾਰ ਦਾ ਕਾਰਜ ਨਹੀਂ ਕਰ ਸਕਦਾ? ਮੌਜੂਦਾ ਸਮੇਂ ਇੱਕ ਚੈਨਲ ਵਿਸ਼ੇਸ਼ ਵੱਲੋਂ ਹੁਕਮਨਾਮਾ ਸਾਹਿਬ ਦੀ ਆਡੀਓ ਸੁਣਾਉਣ ਤੇ ਇਤਰਾਜ਼ ਜਤਾਉਂਦੇ ਹੋਏ ਕਈ ਚੈਨਲਾਂ ਨੂੰ ਨੋਟਿਸ ਭੇਜੇ ਗਏ। ਇਸ ਤੋਂ ਇੰਝ ਜਾਪਦਾ ਹੈ ਕਿ ਇਹ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਸਿਰਫ ਤੇ ਸਿਰਫ ਇੱਕ ਚੈਨਲ ਵਿਸ਼ੇਸ਼ ਕੋਲ ਹੀ ਹੈ। ਮਾਮਲਾ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਤੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਜਾਰੀ ਹੋਣ ਵਾਲੇ ਹੁਕਮਨਾਮਾ ਸਾਹਿਬ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਰੋਜ਼ਾਨਾ ਲੱਖਾਂ ਨਹੀਂ ਬਲਕਿ ਕਰੋੜਾਂ ਲੋਕ ਸੁਣ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ। ਬਹੁਤ ਸਾਰੇ ਲੋਕ ਇਸ ਹੁਕਮਨਾਮਾ ਸਾਹਿਬ ਨੂੰ ਸ਼ੇਅਰ ਜਾਂ ਡਾਊਨਲੋਡ ਕਰਕੇ ਸੋਸ਼ਲ ਮੀਡੀਆ ਰਾਹੀਂ ਅੱਗੇ ਤੋਂ ਅੱਗੇ ਲੋਕਾਂ ਤੱਕ ਪਹੁੰਚਾ ਕੇ ਇੱਕ ਤਰ੍ਹਾਂ ਨਾਲ ਧਰਮ ਪ੍ਰਚਾਰ ਦਾ ਕੰਮ ਕਰਦੇ ਹਨ। ਪਰ ਅੱਜ ਇੱਕ ਚੈਨਲ ਵਿਸ਼ੇਸ਼ ਨੇ ਇਸ ਹੁਕਮਨਾਮਾ ਸਾਹਿਬ ਨੂੰ ਪੇਜਾਂ ਤੇ ਅਪਲੋਡ ਕਰਨ ਵਾਲਿਆਂ ਨੂੰ ਮੈਚਿੰਗ ਕੰਟੈਂਟ ਨੋਟਿਸ ਭੇਜ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਧਰਮ ਪ੍ਰਚਾਰ ਦਾ ਇਹ ਕਾਰਜ ਸਿਰਫ ਉਹੀ ਕਰ ਸਕਦੇ ਹਨ, ਹੋਰ ਕੋਈ ਨਹੀਂ। ਚੈਨਲ ਵਿਸ਼ੇਸ਼ ਵੱਲੋਂ ਭੇਜੇ ਗਏ ਇਸ ਨੋਟਿਸ ਵਿੱਚ ਹੁਕਮਨਾਮਾ ਸਾਹਿਬ ਦੀ ਆਵਾਜ਼ ਸੁਣਾਉਣ ਤੇ ਇਤਰਾਜ਼ ਜਤਾਇਆ ਗਿਆ ਹੈ, ਜੋ ਕਿ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਰੋਜ਼ ਸਵੇਰੇ ਪੜਿਆ ਜਾਂਦਾ ਹੈ। ਨੋਟਿਸ ਵਿੱਚ ਕਿਹਾ ਗਿਆ ਕਿ ਅਪਲੋਡ ਕੀਤਾ ਗਿਆ ਹੁਕਮਨਾਮਾ ਸਾਹਿਬ ਦੀ ਆਡੀਓ ਉਹਨਾਂ ਦੇ ਚੈਨਲ ਨਾਲ ਮੇਚ ਖਾਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੜਿਆ ਜਾਣ ਵਾਲਾ ਹੁਕਮਨਾਮਾ ਸਾਹਿਬ ਸਵੇਰੇ ਇੱਕ ਵਾਰ ਇੱਕ ਹੀ ਗ੍ਰੰਥੀ ਵੱਲੋਂ ਪੜਿਆ ਜਾਂਦਾ ਹੈ ਤਾਂ ਉਸਦੀ ਆਵਾਜ਼ ਦਾ ਮੈਚ ਹੋਣਾ ਲਾਜ਼ਮੀ ਹੈ। ਹਰ ਰੋਜ਼ ਇਹ ਹੁਕਮਨਾਮਾ ਸਾਹਿਬ ਲਿਖਤੀ ਅਤੇ ਆਡੀਓ ਦੋਵੇਂ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੇ ਪਾਇਆ ਜਾਂਦਾ ਹੈ, ਜਿੱਥੋਂ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਚੈਨਲ ਇਸ ਨੂੰ ਡਾਊਨਲੋਡ ਕਰਕੇ ਆਪਣੇ ਪੇਜਾਂ ਤੇ ਪਾਉਂਦੇ ਹਨ ਅਤੇ ਇਸ ਨੂੰ ਆਪਣੇ ਲੱਖਾਂ ਫਾਲੋਅਰਸ ਤੱਕ ਪਹੁੰਚਾ ਕੇ ਇੱਕ ਤਰ੍ਹਾਂ ਨਾਲ ਧਰਮ ਪ੍ਰਚਾਰ ਦਾ ਕਾਰਜ ਵਿੱਚ ਆਪਣਾ ਰੋਲ ਨਿਭਾਉਂਦੇ ਹਨ। ਇਸ ਤਰ੍ਹਾਂ ਗ੍ਰੰਥੀ ਸਿੰਘ ਦੀ ਆਵਾਜ਼ ਤੇ ਨੋਟਿਸ ਭੇਜਣਾ ਕਿੰਨਾ ਕੁ ਸਹੀ ਹੈ, ਇਸ ਨੂੰ ਲੈ ਕੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਹਨ। ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਈ ਮੀਟਿੰਗਾਂ ਵਿੱਚ ਇਹ ਮੁੱਦਾ ਉਠਾਇਆ ਜਾ ਚੁੱਕਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਵੱਖਰਾ ਚੈਨਲ ਹੋਣਾ ਚਾਹੀਦਾ ਹੈ, ਜਿੱਥੇ ਹੋਰ ਸਾਰੇ ਚੈਨਲ SGPC ਨਾਲ ਜੁੜੇ ਵੀਡੀਓ ਲੈ ਸਕਦੇ ਹੋਣ। ਪਰ ਇਸ ਮੰਗ ਨੂੰ ਹਰ ਵਾਰ ਕਾਵਾਂ ਦੇ ਰੌਲੇ ਰੋਲ ਕੇ ਆਪਣੇ ਨਿੱਜੀ ਹਿੱਤਾਂ ਲਈ ਇੱਕ ਵਿਸ਼ੇਸ਼ ਚੈਨਲ ਨੂੰ ਅੱਗੇ ਰੱਖਿਆ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੱਕ ਕਿਸੇ ਨੇ ਕਦੇ ਵੀ ਇਸ ਮਾਮਲੇ ਵਿੱਚ ਦਖਲ ਦੇਣ ਦੀ ਜ਼ਹਿਮਤ ਨਹੀਂ ਚੁੱਕੀ। ਅੱਜ ਨੌਬਤ ਇੱਥੋਂ ਤੱਕ ਪਹੁੰਚ ਗਈ ਹੈ ਕਿ ਇੱਕ ਵਿਸ਼ੇਸ਼ ਚੈਨਲ ਨੇ ਗ੍ਰੰਥੀ ਸਾਹਿਬ ਦੀ ਆਵਾਜ਼ ਤੇ ਵੀ ਆਪਣਾ ਕਬਜ਼ਾ ਜਮਾ ਲਿਆ ਹੈ ਕਿ ਸਿਰਫ ਉਹਨਾਂ ਵੱਲੋਂ ਹੀ ਇਹ ਆਵਾਜ਼ ਸੁਣਾਈ ਜਾ ਸਕਦੀ ਹੈ, ਕਿਸੇ ਹੋਰ ਵੱਲੋਂ ਨਹੀਂ। ਕਈ ਸਿੱਖ ਜਥੇਬੰਦੀਆਂ ਵੱਲੋਂ ਅਕਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲਾਂ ਦਾ ਕਬਜ਼ਾ ਹੋਣ ਦੀ ਗੱਲ ਆਖੀ ਜਾਂਦੀ ਹੈ, ਪਰ ਹੁਣ ਸ੍ਰੀ ਦਰਬਾਰ ਸਾਹਿਬ ਵੱਲੋਂ ਜਾਰੀ ਹੋਣ ਵਾਲੇ ਹੁਕਮਨਾਮਾ ਸਾਹਿਬ ਤੇ ਇੱਕ ਚੈਨਲ ਵੱਲੋਂ ਆਪਣਾ ਹੱਕ ਜਤਾਏ ਜਾਣ ਦੀ ਇਹ ਗੱਲ ਕਾਫੀ ਹੱਦ ਤੱਕ ਸਹੀ ਜਾਪਦੀ ਨਜ਼ਰ ਆ ਰਹੀ ਹੈ, ਕਿਉਂਕਿ ਇਹ ਵਿਸ਼ੇਸ਼ ਚੈਨਲ ਵੀ ਕਥਿਤ ਤੌਰ ਤੇ ਬਾਦਲ ਪਰਿਵਾਰ ਦੀ ਸਰਪ੍ਰਸਤੀ ਹੇਠ ਚੱਲਦਾ ਦੱਸਿਆ ਜਾਂਦਾ ਹੈ। ਅਜਿਹੀਆਂ ਧੱਕੇਸ਼ਾਹੀਆਂ ਦੇ ਚੱਲਦਿਆਂ ਹੀ ਕਈ ਸਿੱਖ ਜਥੇਬੰਦੀਆਂ ਨੇ SGPC ਨੂੰ ਬਾਦਲਾਂ ਦੇ ਚੁੰਗਲ ਵਿੱਚੋਂ ਮੁਕਤ ਕਰਵਾਉਣ ਦਾ ਸੰਘਰਸ਼ ਵਿੱਢਿਆ ਹੋਇਆ ਹੈ। ਪਤਾ ਨਹੀਂ ਉਹ ਸਮਾਂ ਕਦੋਂ ਆਵੇਗਾ ਜਦੋਂ ਸ਼੍ਰੋਮਣੀ ਕਮੇਟੀ ਵਿੱਚ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਬੰਦ ਹੋਣਗੀਆਂ, ਪਰ ਫਿਲਹਾਲ ਇਸ ਮਾਮਲੇ ਤੋਂ ਬਾਅਦ ਵੱਡੇ ਸਵਾਲ ਉੱਠੇ ਹਨ ਤੇ ਸੋਸ਼ਲ ਮੀਡੀਆ ਤੇ ਇਸ ਮਾਮਲੇ ਦੀ ਸਖ਼ਤ ਸ਼ਬਦਾਂ 'ਚ ਮੁਖਾਲਫਤ ਹੋ ਰਹੀ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।